ਜਦ ਕਦੇ ਵੀ ਪੰਜਾਬੀ ਲੋਕ ਸੰਗੀਤ ਦੀ ਗੱਲ ਹੁੰਦੀ ਹੈ ਤੇ ਕਲਾਕਾਰ ਦਾ ਨਾਂ ਆਪ ਮਹਾਰੇ ਤੁਹਾਡੇ ਬੁੱਲਾਂ ਤੇ ਆ ਜਾਂਦਾ ਹੈ ਜਿਸ ਨੇ ਲਗਭਗ 50 ਕੁ ਵਰਿਆਂ ਵਿੱਚ ਪੰਜਾਬੀ ਲੋਕ ਗਾਇਕੀ ਵਿੱਚ ਉਹ ਸੇਵਾ ਕੀਤੀ ਹੈ ਜਿਸ ਤੇ ਅਸੀਂ ਤੱਕੀ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਵੀ ਸ਼ੁਕਰਗੁਜ਼ਾਰ ਹੋਣਗੀਆਂ ਮੇਰੀ ਕਹਿਣ ਤੋਂ ਮੁਰਾਦ ਬੀਬੀ ਸੁਰਿੰਦਰ ਕੌਰ ਜੀ ਤੋਂ ਹੈ ਸੁਰਿੰਦਰ ਜੀ ਅੱਜ ਦੇ ਪ੍ਰੋਗਰਾਮ 'ਚ ਜੈਨ ਧੰਨਵਾਦ ਸਾਨੂੰ ਤੁਹਾਨੂੰ ਅੱਜ ਮਿਲ ਕੇ ਬੜੀ ਖੁਸ਼ੀ ਹੋ ਰਹੀ ਹੈ ਵੈਸੇ ਮੈਂ ਅੱਜ ਮੈਂ ਚਾਹਾਂਗਾ ਕੁੱਚਾ ਮੈਨੂੰ ਵੀ ਬੜਾ ਚੰਗਾ ਲੱਗਿਆ ਆਮ ਤੌਰ ਉੱਤੇ ਤੁਹਾਡੇ ਪਿਛਲੇ ਸਾਲਾਂ ਦੀਆਂ ਇੰਟਰਵਿਊਜ਼ ਅਤੇ ਸਾਡੇ ਟੀ ਵੀ ਪ੍ਰੋਗਰਾਮ ਦੁਆਰਾ ਸਾਡੇ ਸਰੋਤ ਬਹੁਤ ਕੁਝ ਤੁਹਾਡੇ ਬਾਰੇ ਜਾਣ ਚੁੱਕੇ ਨੇ ਫਿਰ ਵੀ ਮੈਂ ਅੱਜ ਚੰਦ ਕੁਝ ਚੀਜ਼ਾਂ ਜਾਣਨੀਆਂ ਚਾਹਾਂਗਾ 30 ਸਤੰਬਰ 1943 ਤੋਂ ਜਦੋਂ ਤੁਸੀਂ ਕੋਈ 12-13 ਵਰਿਆਂ ਦੀ ਬਾਲੜੀ ਉਮਰ ਦੇ ਸੀ ਉਦੋਂ ਤੋਂ ਤੁਹਾਡਾ ਗਾਇਕੀ ਦਾ ਦੌਰ ਸ਼ੁਰੂ ਹੁੰਦਾ ਤੇ ਅੱਜ ਲਗਭਗ ਅੱਧੀ ਸਦੀ ਹੋ ਚੁੱਕੀ ਹੈ ਤਕਰੀਬਨ ਬੜਾ ਸਵਾਲ ਹੁੰਦਾ ਹੈ ਸੁਣ ਕੇ ਇਸ ਸਮੇਂ ਚ 1-2-3 ਜਨਰੇਸ਼ਨਾਂ ਲੋਕਾਂ ਦੀਆਂ ਮਤਲਬ ਆਪ ਨੇ ਜਵਾਨੀ ਮਾਪਣਾ ਔਰ ਕਈ ਗ੍ਰੈਂਡ ਪੇਰੈਂਟਸ ਵੀ ਬਣ ਗਏ ਤੁਹਾਡੇ ਸਾਥੀ ਤੁਹਾਡੀ ਉਮਰ ਦੇ ਮਦਰ ਹੋ ਗਏ ਕਿ ਮੈਂ ਇਹ ਜਾਣਨਾ ਚਾਹਾਂਗਾ ਕਿ ਜਦੋਂ ਤੁਸੀਂ ਇਸ ਪਾਸੇ ਵੱਲ ਆਪਣਾ ਰੁਝਾਨ ਲਿਆਂਦਾ ਲੋਕ ਗਾਇਕੀ ਵੱਲ ਕੀ ਤੁਹਾਡਾ ਕੋਈ ਇੱਕ ਸੁਪਨਾ ਸੀ ਜਿਹੜਾ ਸਾਕਾਰ ਕਰਨਾ ਸੋਚਦੇ ਸੀ ਹਾਂ ਉਹ ਤੇ ਹਰ ਗਾਉਣ ਵਾਲੇ ਦਾ ਹੁੰਦਾ ਜੀ ਕਿਹੜਾ ਦਿਲ ਕਰਦਾ ਹੈ ਕਿ ਮੈਂ ਚੰਗਾ ਗਾਵਾਂ ਚੰਗਾ ਕੁਝ ਕਰਾਂ ਸ਼ਾਇਦ ਮੈਂ ਜਿੰਨਾ ਕੁਝ ਸੋਚਿਆ ਸੀ ਉਹਨਾਂ ਨਹੀਂ ਕਰ ਸਕੀ ਪਰ ਦਿਲ ਤੇ ਬਹੁਤ ਕੁਝ ਕਰਦਾ ਸੀ ਕਰਨ ਤੋਂ ਹਰ ਵੀ ਤੁਸੀਂ ਜਦ ਬਹੁਤ ਕੁਝ ਕਹਿੰਦੇ ਹੋ ਤਾਂ ਕੀ ਭਾਵ ਹੈ ਤਾਂ ਕਿਹੜੇ ਕਿਹੜੇ ਐਵਨਿਊ ਤੇ ਟੱਚ ਕਰਨਾ ਚਾਹੁੰਦੇ ਸੀ ਬਹੁਤ ਕੁਝ ਦਾ ਮਤਲਬ ਹੈ ਕਿ ਮਿਊਜ਼ਿਕ ਵਿੱਚ ਵੀ ਕਿ ਮੈਂ ਹੋਰ ਕਲੈਕਸ਼ਨਸ ਕਰਦੀ ਹੋਰ ਕੁਝ ਲੋਕਾਂ ਨੂੰ ਦੱਸਦੀ ਸ਼ਾਇਦ ਮੈਂ ਉਹਨਾਂ ਨਹੀਂ ਕਰ ਸਕੀ ਜੇ ਜਿਉਂਦੇ ਨਹੀਂ ਤੇ ਕਰਕੇ ਮਰਾਂਗੇ ਇਹਨਾਂ ਦੇ ਜਾਂਦੇ ਨਹੀਂ ਅਸੀਂ ਬੜੀ ਤੁਹਾਡੀ ਲੰਮੀ ਉਮਰ ਦੀ ਅਰਦਾਸ ਕਰਦੇ ਹਾਂ ਪੰਜਾਬੀ ਲੋਕ ਗੀਤ ਜਿਹੜੇ ਘਰਾਂ ਦੀਆਂ ਨੁਕਰਾਂ ਤੱਕ ਸੀਮਿਤ ਸੀ ਤੁਸੀਂ ਦੋਵਾਂ ਭੈਣਾਂ ਨੇ ਬੜੀ ਮਿਹਨਤ ਲਗਨ ਨਾਲ ਉਹਨਾਂ ਨੂੰ ਵਿਸ਼ਵ ਪੱਧਰ ਤੇ ਪੇਸ਼ ਕੀਤਾ ਪਰਟੀਕੁਲਰ ਜਦੋਂ ਮੈਂ ਤੁਹਾਨੂੰ ਇੱਕ ਵਾਰ ਪਿਛਲੇ ਹਫ਼ਤੇ ਗੱਲ ਵੀ ਕਰ ਰਹੀ ਸੀ ਕਿ ਲੱਠੇ ਦੀ ਚਾਦਰ ਕਈਆਂ ਮੁਲਕਾਂ ਦੇ ਲੋਕਾਂ ਨੇ ਸੁਣਿਆ ਤੇ ਉਹਨਾਂ ਨੇ ਕਿਹਾ ਕਿ ਸਾਡਾ ਲੋਕ ਗੀਤ ਕੀ ਤੁਸੀਂ ਇਸ ਬੱਚਾ ਨਾ ਕਰ ਸਕਦੇ ਇਹ ਜਿਹੜੇ ਲੋਕ ਗੀਤ ਹੁੰਦੇ ਨੇ ਇਕਬਾਲ ਇਹਨਾਂ ਦਾ ਇਹ ਵੀ ਕਿ ਸਾਰੇ ਪ੍ਰੋਵਿੰਸਸ ਦੇ ਸੁਣ ਬੜੀਆਂ ਥਾਵਾਂ ਤੇ ਤੁਹਾਡੇ ਮਿਲ ਜਾਂਦੇ ਜੀ ਤੇ ਉਹਨਾਂ ਵਿੱਚ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਕੱਲ ਕਿ ਸਟੇਜ ਤੇ ਕਿ ਪ੍ਰੋਗਰਾਮ ਸੀ ਜਿੱਥੇ ਉੱਥੇ ਇੱਕ ਵਾਰੀ ਮੈਂ ਗਈ ਉਜ਼ਬੇਕਿਸਤਾਨ ਉੱਥੇ ਮੈਂ ਲੱਠੇ ਚਾਦਰ ਗਾਇਆ ਕਹਿੰਦੇ ਨਹੀਂ ਤੇ ਸਾਡਾ ਗੀਤ ਹੈ ਇਹ ਤੇ ਤੁਹਾਡਾ ਨਹੀਂ ਉਹਨਾਂ ਨੇ ਗਾਇਆ ਬਿਲਕੁਲ ਸਿਮਿਲਰ ਉਸ ਤਰ੍ਹਾਂ ਲੱਗੇ ਜਿਵੇਂ ਸਾਡਾ ਹੀ ਗੀਤ ਹੈ ਇਸ ਤਰ੍ਹਾਂ ਹੀ ਮੈਂ ਬਿਆਨਾ ਦੇ ਵਿੱਚ ਤੇ ਗਾਣੇ ਨੇ ਬੜੇ ਉਹ ਸਾਰੇ ਉਹ ਕਹਿਣ ਸਾਡਾ ਗੀਤ ਹੈ ਉੱਥੇ ਉਹਨੂੰ ਫਸਟ ਪ੍ਰਾਈਜ਼ ਦਿੱਤਾ ਸਾਨੂੰ ਕੰਪੀਟੀਸ਼ਨ ਹੋਇਆ ਸੀ ਸਾਰੇ ਵਰਲਡ ਦਾ ਇਸੇ ਤਰ੍ਹਾਂ ਵੈਸਟ ਜਰਮਨੀ ਦੇ ਕੋਈ ਆਏ ਸਨ ਉਹਨਾਂ ਨੂੰ ਸੁਣਾਇਆ ਤੇ ਉਹ ਕਹਿੰਦੇ ਨੇ ਸਾਡਾ ਗੀਤ ਲੋਕ ਗੀਤਾਂ ਦਾ ਸਵਾਦ ਆਉਂਦਾ ਕਿ ਕਿਤੇ ਨਾ ਕਿਤੇ ਲੱਭ ਜਾਂਦੀ ਕੋਈ ਨਾ ਕੋਈ ਸਾਂਝ ਸੁਰਿੰਦਰ ਜੀ ਇਹਨਾਂ ਪਿਛਲੇ 50 ਸਾਲਾਂ 'ਚ ਜ਼ਿੰਦਗੀ ਦੇ ਕਈ ਮੋੜਾਂ 'ਚ ਤੁਸੀਂ ਗੁਜ਼ਰੇ ਤੁਹਾਡੇ ਸਰੋਤਿਆਂ ਨੇ ਤੁਹਾਨੂੰ ਅਥਾਹ ਪਿਆਰ ਦਿੱਤਾ ਜਿੱਥੇ ਤੱਕ ਮੈਂ ਜਾਣਦਾ ਮੈਂ ਕੁਛ ਰੋਚਕ ਘਟਨਾਵਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨਾ ਚਾਹਾਂਗਾ ਕੀ ਤੁਸੀਂ ਕੋਈ ਸਾਂਝੀ ਕਰਨੀ ਮੁਨਾਸਬ ਸਮਝੋ ਤੁਸੀਂ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਕੋਈ ਘਟਨਾ ਕਿਸੇ ਪ੍ਰੇਮੀ ਦੀ ਕਿਸ ਸ਼ਰਧਾ 'ਚ ਜਿਹੜੀ ਵਾਪਰੀ ਹੋਵੇ ਮੈਨੂੰ ਤੇ ਲੱਗਦਾ ਕਿ ਸਾਰੇ ਮੇਰੇ ਪ੍ਰੇਮੀ ਮੇਰਾ ਕੋਈ ਵੀ ਦੁਸ਼ਮਣ ਨਹੀਂ ਸਾਰੇ ਪ੍ਰੇਮੀ ਉਹ ਨਾਨ ਵਾਲੀ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਉਹ ਤੇ ਐਕਸਟ੍ਰੀਮ ਹੈ ਨਾ ਕਿ ਉਹ ਦਸ ਕਿਸੇ ਤੱਕ ਬੋਲ ਸਕਦੇ ਨਾ ਕਿ ਆਪਣੇ ਮੈਨੂੰ ਤੇ ਆਪਣੇ ਮੂੰਹ ਹੀ ਕਹਿਣਾ ਵੀ ਕੁਝ ਚੰਗਾ ਨਹੀਂ ਲੱਗਦਾ ਮੇਰੇ ਕਹਿੰਦੇ ਤਾਂ ਭਾਵ ਸੀ ਕਿ ਇੱਕ ਜਦੋਂ ਤੁਸੀਂ ਕਿਹਾ ਕਿ ਪ੍ਰੋਗਰਾਮ ਗਏ ਚੁਬਾਰੇ ਤੋਂ ਬਸ ਕੀਤਾ ਤੁਸੀਂ ਇਸ਼ਨਾਨ ਕਰ ਰਹੇ ਸੀ ਤੇ ਕਿਸੇ ਪ੍ਰੇਮੀ ਨੇ ਉੱਥੇ ਚੂਲੂ ਪਰ ਪਾਣੀ ਪੀਤਾ ਤੇ ਉਹ ਕਹਿੰਦਾ ਤੇ ਮੇਰੇ ਲੂੰਹ ਕੰਡੇ ਹੋ ਜਾਂਦੇ ਨੇ ਜਿਸ ਵੇਲੇ ਮੈਂ ਸੁਣਿਆ ਕਿ ਇਹੋ ਜਿਹੇ ਐਡਮਾਇਰਰ ਹੋ ਗਏ ਨੇ ਕਿ ਮੈਂ ਨਹਾ ਰਹੀ ਹਾਂ ਤੇ ਪਾਣੀ ਉਹ ਕਹਿੰਦਾ ਕੋਈ ਨਹੀਂ ਉਹਦੀ ਬੀਬੀ ਦੇ ਜਿਸਮ ਤੋਂ ਪਾਣੀ ਹੋ ਕੇ ਲੰਘਿਆ ਮੈਨੂੰ ਇਹ ਗੰਦੀ ਫੀਲਿੰਗ ਹੁੰਦੀ ਹੈ ਸਗੋਂ ਆਪਣੇ ਆਪ ਤੇ ਚੰਗਾ ਨਹੀਂ ਲੱਗਦਾ ਕਿ ਮੈਨੂੰ ਵਿੱਚ ਖੁਸ਼ੀ ਹੁੰਦੀ ਕਿ ਐਡਮਾਇਰਰਸ ਮੇਰੇ ਇਹੋ ਜਿਹੇ ਨੇ ਕਿ ਜਿਹੜੇ ਇਹੋ ਜਿਹੀਆਂ ਹਰਕਤਾਂ ਨਹੀਂ ਕਰ ਸਕਦੇ ਪਿਆਰ ਹੈ ਲੋਕ ਪਿਆਰ ਹੈ ਬਿਲਕੁਲ ਪਿਆਰ ਸੁੰਦਰ ਜੀ ਪੰਜਾਬੀ ਗਾਇਕੀ ਚ ਹੁਣ ਉਦੋਂ ਤੁਹਾਡੇ ਸਮੇਂ ਤੋਂ ਹੁਣ ਤੱਕ ਬੜੇ ਲੰਮੇ ਮੋੜ ਆ ਚੁੱਕੇ ਨੇ ਕਈ ਪੀੜ੍ਹੀਆਂ ਚ ਬਦਲ ਚੁੱਕੇ ਨੇ ਤੁਹਾਡੇ ਬਾਅਦ ਤੁਸੀਂ ਦੇਖਿਆ ਹੋਗਾ 58-59 ਚ ਤੁੰਬਾ ਵਾਦ ਸ਼ੁਰੂ ਹੋਇਆ ਮੈਂ ਤੁੰਬਾ ਵਾਦ ਹੀ ਕਹਿੰਦਾ ਕਿਉਂਕਿ ਜਾਣਦੇ ਆਰਟਿਸਟਾਂ ਵੱਲੋਂ ਤੇ ਹੁਣ ਹੁਣ ਹੌਲੀ ਹੌਲੀ ਤੁੰਬਾ ਵਾਦ ਅਲੋਪ ਹੋ ਚੁੱਕਾ ਹੈ ਜਿਹੜੀ ਹੁਣ ਦੀ ਗਾਇਕੀ ਹੈ ਇਹਦੀ ਤੇ ਉਸ ਤੁਹਾਡੇ ਸਮੇਂ ਦੀ ਸ਼ੁਰੂਆਤ ਦੀ ਗਾਇਕੀ 50 ਸਾਲ ਦਾ ਫਰਕ ਹੈ ਇਹ ਫਰਕ ਹੈ ਤਾਂ ਕੀ ਫਰਕ ਹੈ ਤੁਸੀਂ ਇਸ ਬਾਰੇ ਕੀ ਮਹਿਸੂਸ ਕਰਦੇ ਹੋ ਮੈਂ ਜਿਸ ਵੇਲੇ ਅਸੀਂ ਮੈਂ ਮੇਰੇ ਜ਼ਮਾਨੇ ਦੀ ਗੱਲ ਹੈ ਜਿਸ ਵੇਲੇ ਸਾਡਾ ਗਾਣਾ ਸ਼ੁਰੂ ਹੋਇਆ ਸੀ ਨਾ ਉਦੋਂ ਮਿਊਜ਼ਿਕ ਦੇ ਵਿੱਚ ਲੈਕਾਰੀ ਦੇ ਵਿੱਚ ਕਲਾਸੀਕਲ ਟਾਈਪ ਦੇ ਉਹਨਾਂ ਦਾ ਸਟਾਈਲ ਕਲਾਸੀਕਲ ਹੁੰਦਾ ਸੀ ਤੇ ਉਹਦੇ ਵਿੱਚ ਉਹ ਲਿਆ ਕੇ ਗਏ ਕਿਉਂਕਿ ਮੈਂ ਸਿੱਖੀ ਹੋਈ ਹਾਂ ਪ੍ਰੋਫੈਸ਼ਨਲਸ ਕੋਲੋਂ ਜੀ ਜੀ ਤੇ ਵੱਡੇ ਗੁਲਾਮ ਅਲੀ ਦੇ ਭਾਂਜੇ ਸਨ ਮਾਸਟਰ ਮੈਂ ਉਹਨਾਂ ਕੋਲ ਤਾਲੀਮ ਲਈ ਜੀ ਜੀ
ਤੇ ਉਹਨਾਂ ਲੋਕਾਂ ਨੂੰ ਮਤਲਬ ਇਹੋ ਜਿਹਾ ਅੱਜ ਕੱਲ੍ਹ ਗਾਣਾ ਆਸਾਨ ਹੋ ਗਿਆ ਬੇਟਾ ਉਸ ਜ਼ਮਾਨੇ 'ਚ ਗਾਣਾ ਮੁਸ਼ਕਿਲ ਸੀ ਉਹਦੀਆਂ ਕਦੀ ਕੰਪੋਜੀਸ਼ਨ ਮੇਰਾ ਦਿਲ ਕਰਦਾ ਮੈਂ ਲੋਕਾਂ ਨੂੰ ਸੁਣਾਵਾਂ ਅਨਲੱਕੀਲੀ ਉਹੋ ਜਿਹੀ ਸਟੇਜ ਨਹੀਂ ਮਿਲਦੀ ਜਿਹੜੀਆਂ ਮੈਂ ਉਹੋ ਜਿਹੀਆਂ ਕੰਪੋਜੀਸ਼ਨ ਲੋਕ ਕੰਢੇ ਹੋ ਜਾਂਦੇ ਨੇ ਜੀ ਜੀ ਤੇ ਹੁਣ ਦੇ ਜਿਹੜਾ ਦੌਰ ਹੈ ਕੀ ਤੁਸੀਂ ਉਹਦੇ ਨਾਲ ਸੰਤੁਸ਼ਟ ਹੋ ਕੀ ਤੁਸੀਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪਰਿਵਰਤਨ ਚਲੋ ਪਰਿਵਰਤਨ ਜਿੱਦਾਂ ਤੁਸੀਂ ਕਾਫੀ ਹੋ ਚੁੱਕਾ ਸਿੱਧਾ ਸਿੱਧੀ ਜੀ ਗੱਲ ਜ਼ਿਆਦਾ ਹੋ ਗਈ ਇਹ ਤੁਸੀਂ ਕਹਿਣਾ ਚਾਹੁੰਦੇ ਨਾ ਬਿਲਕੁਲ ਬਿਲਕੁਲ ਪਰ ਉਹਦੇ ਬਾਵਜੂਦ ਵੀ ਕਿਉਂਕਿ ਪਿਛਲੇ 5-7 ਸਾਲਾਂ 'ਚ ਕਾਫੀ ਲੋਕਾਂ ਦਾ ਨੌਜਵਾਨਾਂ ਦਾ ਮੁੜ ਰੁਝਾਅ ਫੋਕਲੋਰ ਵੱਲ ਨੂੰ ਆਇਆ ਤੁਸੀਂ ਮਤਲਬ ਸਮਝੋ ਜਿੱਦਾਂ ਮਲਕੀਤ ਸਿੰਘ ਨੇ ਦਿਲਸ਼ਾਦ ਅਖਤਰ ਇਹਨਾਂ ਲੋਕ ਬੋਲੀਆਂ ਨੂੰ ਇਕੱਠਿਆ ਕਰਕੇ ਇੱਕ ਨਵੇਂ ਜਾ ਰਹੇ ਨੇ ਬੱਚੇ ਜਿਹੜੇ ਹੁਣ ਆਪਣਾ ਸਟਾਈਲ ਇਹ ਵੀ ਇੱਕ ਇਹ ਰਿਦਮ ਨੂੰ ਪ੍ਰੈਫਰੈਂਸ ਇਹਨਾਂ ਨੇ ਦਿੱਤੀ ਹੈ ਕਿਉਂਕਿ ਇਹ ਗਾਣੇ ਸਾਰੇ ਨੱਚਣ ਵਾਲੇ ਗਾਉਂਦੇ ਜੀ ਸਾਡੇ ਸਾਹਿਤ ਦੇ ਵਿੱਚ ਮੇਰਾ ਨੱਚਣਾ ਨਹੀਂ ਹੈਗਾ ਇਹਨਾਂ ਦੇ ਗਾਣੇ ਵੈਸੇ ਇਹਨਾਂ ਨੇ ਲੋਕ ਕਲੈਕਸ਼ਨਸ ਵੀ ਜਿਹੜੀਆਂ ਕੀਤੀਆਂ ਉਹਨਾਂ ਨੂੰ ਰਿਦਮ ਦੇ ਕੇ ਹੋਰ ਉਹਨਾਂ ਨੇ ਨਾਲ ਨੱਚ ਨੱਚ ਕੇ ਉਹ ਪਤਾ ਨਹੀਂ ਉਸ ਜ਼ਮਾਨੇ ਸਾਨੂੰ ਅਲਾਊਡ ਹੀ ਨਹੀਂ ਸੀ ਹੁੰਦਾ ਕਿ ਜਾਂ ਆਪਣੀ ਹਿੰਮਤ ਨਹੀਂ ਪਈ ਹੁਣ ਬੁੱਢੇ ਹੋ ਗਏ ਨੱਚਣਾ ਕੀ ਪਰ ਤੁਸੀਂ ਖੁਸ਼ ਹੋ ਕੇ ਮੁੜ ਕੇ ਲੋਕ ਚੰਗਾ ਲੱਗਦਾ ਉਹਨਾਂ ਦਾ ਗਾਣਾ ਵੀ ਸੁਣਨਾ ਚੰਗਾ ਲੱਗਦਾ ਐਸੀ ਕੋਈ ਗੱਲ ਨਹੀਂ ਮੈਂ ਜਾਣਨਾ ਚਾਹੁੰਦਾ ਪੰਜਾਬੀ ਲੋਕ ਗਾਇਕੀ ਦਾ ਭਵਿੱਖ ਕੀ ਹੈ ਤੁਹਾਡੀ ਆਪਣੇ ਉਹ ਨਹੀਂ ਲੋਕ ਗਾਇਕੀ ਦਾ ਭਵਿੱਖ ਜਿਹੜਾ ਉਹ ਕਦੇ ਨਹੀਂ ਮਰ ਸਕਦਾ ਉਹ ਕਾਇਮ ਰਹੇਗਾ ਵੱਖਰੇ ਵੱਖਰੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਲੋਕ ਗੀਤ ਕਦੇ ਖਤਮ ਨਹੀਂ ਹੋ ਸਕਦਾ ਇਹ ਮੇਰਾ ਦਾਅਵਾ ਹੈ ਬਹੁਤ ਖੂਬ ਦਾਅਵਾ ਜੀ ਪਰਮਾਤਮਾ ਜੀ ਤੁਹਾਡੇ ਦਾਅਵੇ ਨੂੰ ਬਰਕਰਾਰ ਰੱਖੇ ਸੁੰਦਰ ਜੀ ਮੈਂ ਤੁਹਾਤੋਂ ਕਈ ਪ੍ਰਸ਼ਨ ਪੁੱਛੂਗਾ ਐਕਚੁਅਲੀ ਨਿੱਜੀ ਜੀਵਨ ਬਾਰੇ ਮੈਂ ਮੇਰਾ ਖਿਆਲ ਹੈ ਕਾਫੀ ਕੁਝ ਜਾਣਦਾ ਹੈ ਮੇਰੇ ਸਵਾਲ ਮੇਰਾ ਖਿਆਲ ਮੇਰੇ ਆਪਣੇ ਆਪ ਨਾਲ ਵੱਧ ਤੋਂ ਮੈਨੂੰ ਜਾਣਦਾ ਹਾਂਜੀ ਉਹ ਹੈ ਕਿ ਆਰਟਿਸਟ ਇਸ ਦੁਨੀਆ 'ਚ ਆਪ ਜਿਸ ਫਨ ਦਾ ਵੀ ਆਰਟਿਸਟ ਹੋਵੇ ਉਹ ਆਪਣੀ ਲਗਨ ਤੇ ਮਿਹਨਤ ਦੇ ਸਦਕਾ ਉਹਨੂੰ ਉਹ ਸਨਮਾਨ ਮਿਲਦਾ ਕੀ ਤੁਸੀਂ ਸੋਚਦੇ ਹੋ ਕਿ ਇਸ ਯੁੱਗ 'ਚ ਤੁਹਾਨੂੰ ਉਹ ਸਨਮਾਨ ਮਿਲਿਆ ਜਿਹੜਾ ਕਿ ਤੁਸੀਂ ਡਿਜ਼ਰਵ ਕਰਦੇ ਸੀ ਮੈਨੂੰ ਸਨਮਾਨ ਤੇ ਲੋਕਾਂ ਨੇ ਮੇਰਾ ਖਿਆਲ ਮੈਂ ਇੰਨੇ ਡਿਜ਼ਰਵ ਨਹੀਂ ਸਾਂ ਕਰਦੀ ਜਿੰਨੇ ਲੋਕਾਂ ਨੇ ਮੈਨੂੰ ਸਨਮਾਨ ਦਿੱਤਾ ਇਹ ਇਹਨਾਂ ਦਾ ਪਿਆਰ ਹੈ ਇਹ ਮੈਂ ਕਦੇ ਨਹੀਂ ਭੁੱਲ ਸਕਦੀ ਬਹੁਤ ਲੋਕਾਂ ਨੇ ਪਿਆਰ ਤੇ ਮਾਣ ਦਿੱਤਾ ਤੁਸੀਂ ਨਿੱਜੀ ਜੀਵਨ ਬਾਰੇ ਗੱਲ ਕੀਤੀ ਸੀ ਇੱਕ ਵਾਰ ਮੈਂ ਮਾਸੇ ਜੀ ਨੂੰ ਦੱਸਣ ਵਾਸਤੇ ਕਹਿ ਰਹੀ ਹਾਂ ਮੇਰੀਆਂ 3 ਲੜਕੀਆਂ ਨੇ ਤੇ ਮੇਰਾ ਲੜਕਾ ਕੋਈ ਨਹੀਂ ਸੀ ਸਨ 79 ਵਿੱਚ ਮੈਂ ਇੱਥੇ ਆਈ ਇਕਬਾਲ ਨੇ ਮੈਨੂੰ ਸਪਾਂਸਰ ਕੀਤਾ ਸੀ ਇੱਥੇ ਆਈ ਤੇ ਇਹਦੇ ਨਾਲ ਇੱਕ ਸਾਂਝ ਬਣ ਗਈ ਕਿ ਮੇਰਾ ਇੱਕ ਪੁੱਤਰ ਇੱਥੇ ਟੋਰਾਂਟੋ ਵਿੱਚ ਬੈਠਾ ਹੈ ਮੈਨੂੰ ਟੋਰਾਂਟੋ ਆ ਕੇ ਮੈਨੂੰ ਕਦੀ ਫੀਲਿੰਗ ਨਹੀਂ ਹੋਈ ਕਿ ਮੈਂ ਇੰਡੀਆ ਤੋਂ ਬਾਹਰ ਹਾਂ ਮੈਨੂੰ ਅੱਜ ਲੱਗਦਾ ਮੈਂ ਆਪਣੇ ਘਰ ਹੀ ਚਲੀ ਗਈ ਥੈਂਕ ਯੂ ਜੀ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਸਾਡੇ ਲਈ ਅੰਤ 'ਚ ਮੈਂ ਤੁਹਾਡੇ ਲਈ ਪੁੱਛਣਾ ਚਾਹਾਂਗਾ ਕਿ ਹਰ ਕਲਾਕਾਰ ਕਿਸੇ ਖੇਤਰ ਦਾ ਵੀ ਹੋਵੇ ਉਹ ਆਪਣੀ ਕਿਰਦਾ ਸਦਕਾ ਜਿਉਂਦਾ ਰਹਿੰਦਾ ਬਿਲਕੁਲ ਤੁਸੀਂ ਕਿੱਦਾਂ ਚਾਹੋਗੇ ਕਿ ਲੋਕ ਤੁਹਾਨੂੰ ਕਿਸ ਤਰ੍ਹਾਂ ਯਾਦ ਕਰਨ ਮੇਰੀਆਂ ਯਾਦਾਂ ਸਿਰਫ ਇਹ ਹੀ ਨੇ ਕਿ ਮੇਰੇ ਰਿਕਾਰਡ ਇਹਨਾਂ ਦੇ ਕੋਲ ਹੋਣਗੇ ਇਹ ਸੁਣਗੇ ਮੈਨੂੰ ਚੰਗਾ ਲੱਗੇਗਾ ਜ਼ਿੰਦਗੀ ਦਾ ਇੱਕੋ ਅਕੀਦਾ ਸੀ ਪੰਜਾਬੀ ਸਾਹਿਤ ਨੂੰ ਚੁੱਕਣਾ ਪੰਜਾਬੀ ਲੋਕ ਗੀਤਾਂ ਨੂੰ ਚੁੱਕਣਾ ਜ਼ਿੰਦਗੀ ਰਹੀ ਤੇ ਇਹ ਸੇਵਾ ਹਮੇਸ਼ਾ ਕਰਦੀ ਰਹਾਂਗੀ ਅਸੀਂ ਤੁਹਾਡੀ ਲੰਮੀ ਤੇ ਖੁਸ਼ ਭਰੇ ਜੀਵਨ ਦੀ ਅਰਦਾਸ ਕਰਦੇ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਤੁਸੀਂ ਸਾਨੂੰ ਫਿਰ ਦਰਸ਼ਨ ਦਿਓ ਅੱਜ ਸਟੂਡੀਓ ਵਾਲੇ ਧੰਨਵਾਦ ਧੰਨਵਾਦ